ਸਕੂਲ ਵੈਨ ਅਤੇ ਕਾਰ ਦੀ ਆਮੋ ਸਾਹਮਣੀ ਟੱਕਰ ਹੋ ਗਈ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਹੈ। ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ ਅਤੇ ਉਹਨਾਂ ਨੂੰ ਦੂਜੀ ਗੱਡੀ ਦੇ ਵਿੱਚ ਘਰ ਭੇਜ ਦਿੱਤਾ ਗਿਆ ਹੈ। ਨਿੱਜੀ ਸਕੂਲ ਦੀ ਇਹ ਵੈਨ ਸੀ, ਬੱਚਿਆਂ ਨੂੰ ਘਰ ਛੱਡਣ ਜਾ ਰਹੇ ਸੀ। ਰਾਹ ਦੇ ਵਿੱਚ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਸਕੂਲ ਵੈਨ ਨਾਲ ਜਾ ਟਕਰਾਈ। ਸਕੂਲ ਦੇ ਡਰਾਈਵਰ ਦੇ ਮੁਤਾਬਕ ਹਾਦਸਾ ਕਿਸ ਕਾਰਨ ਵਾਪਰਿਆ ਪਤਾ ਨਹੀਂ ਲੱਗ ਸਕਿਆ, ਪਰ ਉਸਨੇ ਕਿਹਾ ਕਿ ਉਸਨੇ ਕਈ ਹੌਰਨ ਮਾਰੇ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਅਤੇ ਸਿੱਧਾ ਸਕੂਲ ਵੈਨ ਦੇ ਵਿੱਚ ਟੱਕਰ ਮਾਰ ਦਿੱਤੀ। ਦੱਸ ਦਈਏ ਕਿ ਨਿੱਜੀ ਸਕੂਲ ਦੀ ਇਹ ਵੈਨ ਸੀ, ਬੱਚਿਆਂ ਨੂੰ ਘਰ ਛੱਡਣ ਜਾ ਰਹੇ ਸੀ ਅਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਬੱਚੇ ਸਹੀ ਸਲਾਮਤ ਨੇ, ਦੂਜੀ ਗੱਡੀ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਕੇ ਘਰੇ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਦੱਸ ਦਈਏ ਕਿ ਸਕੂਲ ਵੈਨ ਅਤੇ ਕਾਰ ਦੀ ਸਿੱਧੀ ਟੱਕਰ ਹੋਈ ਹੈ। ਨਿੱਜੀ ਸਕੂਲ ਦੀ ਵੈਨ ਦੇ ਨਾਲ ਇਹ ਹਾਦਸਾ ਵਾਪਰਿਆ ਅਤੇ ਬੱਚਿਆਂ ਨੂੰ ਹੋਰ ਵੈਨ 'ਚ ਘਰ ਭੇਜਿਆ ਗਿਆ ਹੈ। ਕਾਰ ਚਾਲਕ ਗੰਭੀਰ ਜ਼ਖਮੀ ਹੋਇਆ ਅਤੇ ਤੇਜ਼ ਰਫ਼ਤਾਰ ਕਾਰ ਨੇ ਇਹ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਹਾਦਸਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਦੇ ਕੋਲ ਵਾਪਰਿਆ ਹੈ, ਜਿੱਥੇ ਇੱਕ ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋਈ ਹੈ। ਆ ਰਿਹਾ ਤਾਂ ਜੀ ਗੱਡੀ ਤੇਜ਼ ਸੀ, ਪਰ ਨੀਚ ਤੇ ਪਤੀ ਕਾਚ ਤੇ ਜੀ, ਹਾਂਜੀ ਮੈਂ ਬੱਚੇ ਛੱਡ ਜਾਂਦਾ, ਮੈਂ ਬਹੁਤ ਬੱਚੇ ਬਚਾਏ ਜੀ। ਬੱਚਿਆਂ ਦਾ ਬਚਾਅ ਹੋਇਆ? ਹਾਂਜੀ ਬੱਚਾ ਬਚਾਅ। ਬੱਚੇ ਇਸ ਟਾਈਮ ਘਰ ਪਹੁੰਚ ਗਏ? ਹਾਂਜੀ ਹਾਂਜੀ। ਤੇ ਕਿਵੇਂ ਲੱਗਿਆ, ਕੀ ਹੋਇਆ, ਕਿਵੇਂ ਸੀ ਇਹ? ਇਹ ਮੈਂ ਡੰਡੇ ਜੀ ਤਿਆਰ ਰਿਹਾ ਤਾਂ ਮੈਂ ਮੰਗਰਾਹੀ ਤੇ ਜਾ ਰਿਹਾ ਸੀ। ਅਸੀਂ ਤੁਸੀਂ ਬੱਚੇ ਛੱਡਣ ਜਾ ਰਹੇ ਸੀ? ਹਾਂਜੀ ਬੱਚੇ ਛੱਡਣ ਜਾ ਰਹੇ ਸੀ। ਤੇ ਕਾਰ ਵਾਲਾ ਇੱਕਦਮ ਅੱਗੇ ਆ ਗਿਆ? ਹਾਂਜੀ ਹਾਂਜੀ, ਇਹਨੂੰ ਬਹੁਤ ਹੌਰਨ ਮਾਰਿਆ, ਇਹਨੇ ਧਿਆਨ ਨਹੀਂ ਦਿੱਤਾ ਹੈਗਾ ਜੀ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ? ਜਿਵੇਂ ਕਿ ਸਾਡਾ ਸਾਹਮਣੇ ਗੱਡੀ ਦਾ, ਠੀਕ ਹੈ, ਬੱਚਾ ਬਚਾਓ ਗਿਆ ਜੀ। ਠੀਕ, ਸਕੂਲ ਵੈਨ ਅਤੇ ਕਾਰ ਦੀ ਆਮੋ ਸਾਹਮਣੀ ਟੱਕਰ ਹੋ ਗਈ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਹੈ। ਹਾਲਾਂਕਿ ਗਨੀਮਤ ਇਹ ਰਹੀ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਨੇ ਅਤੇ ਉਹਨਾਂ ਨੂੰ ਦੂਜੀ ਗੱਡੀ ਦੇ ਵਿੱਚ ਘਰ ਭੇਜ ਦਿੱਤਾ ਗਿਆ ਹੈ। ਨਿੱਜੀ ਸਕੂਲ ਦੀ ਇਹ ਵੈਨ ਸੀ, ਬੱਚਿਆਂ ਨੂੰ ਘਰ ਛੱਡਣ ਜਾ ਰਹੇ ਸੀ। ਰਾਹ ਦੇ ਵਿੱਚ ਸਾਹਮਣੇ ਤੋਂ ਆ ਰਹੀ ਇੱਕ ਗੱਡੀ ਸਕੂਲ ਵੈਨ ਨਾਲ ਜਾ ਟਕਰਾਈ। ਸਕੂਲ ਦੇ ਡਰਾਈਵਰ ਦੇ ਮੁਤਾਬਕ ਹਾਦਸਾ ਕਿਸ ਕਾਰਨ ਵਾਪਰਿਆ ਪਤਾ ਨਹੀਂ ਲੱਗ ਸਕਿਆ, ਪਰ ਉਸਨੇ ਕਿਹਾ ਕਿ ਉਸਨੇ ਕਈ ਹੌਰਨ ਮਾਰੇ ਪਰ ਗੱਡੀ ਵਾਲੇ ਨੇ ਧਿਆਨ ਨਹੀਂ ਦਿੱਤਾ ਅਤੇ ਸਿੱਧਾ ਸਕੂਲ ਵੈਨ ਦੇ ਵਿੱਚ ਟੱਕਰ ਮਾਰ ਦਿੱਤੀ। ਦੱਸ ਦਈਏ ਕਿ ਨਿੱਜੀ ਸਕੂਲ ਦੀ ਇਹ ਵੈਨ ਸੀ, ਬੱਚਿਆਂ ਨੂੰ ਘਰ ਛੱਡਣ ਜਾ ਰਹੇ ਸੀ ਅਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਬੱਚੇ ਸਹੀ ਸਲਾਮਤ ਨੇ, ਦੂਜੀ ਗੱਡੀ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰਕੇ ਘਰੇ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਕਾਰ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਦੱਸ ਦਈਏ ਕਿ ਸਕੂਲ ਵੈਨ ਅਤੇ ਕਾਰ ਦੀ ਸਿੱਧੀ ਟੱਕਰ ਹੋਈ ਹੈ। ਨਿੱਜੀ ਸਕੂਲ ਦੀ ਵੈਨ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਅਤੇ ਬੱਚਿਆਂ ਨੂੰ ਹੋਰ ਵੈਨ 'ਚ ਘਰ ਭੇਜਿਆ ਗਿਆ ਹੈ। ਕਾਰ ਚਾਲਕ ਗੰਭੀਰ ਜ਼ਖਮੀ ਹੋਇਆ ਅਤੇ ਤੇਜ਼ ਰਫ਼ਤਾਰ ਕਾਰ ਨੇ ਇਹ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਹਾਦਸਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਪਿੱਪਲ ਮਾਜਰਾ ਦੇ ਕੋਲ ਵਾਪਰਿਆ ਹੈ, ਜਿੱਥੇ ਇੱਕ ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋਈ ਹੈ। ਆ ਰਿਹਾ ਤਾਂ ਜੀ ਗੱਡੀ ਤੇਜ਼ ਸੀ, ਪਰ ਨੀਚ ਤੇ ਪਤੀ ਕਾਚ ਤੇ ਜੀ, ਹਾਂਜੀ ਮੈਂ ਬੱਚੇ ਛੱਡ ਜਾਂਦਾ, ਮੈਂ ਬਹੁਤ ਬੱਚੇ ਬਚਾਏ ਜੀ। ਬੱਚਿਆਂ ਦਾ ਬਚਾਅ ਹੋਇਆ? ਹਾਂਜੀ ਬੱਚਾ ਬਚਾਅ। ਬੱਚੇ ਇਸ ਟਾਈਮ ਘਰ ਪਹੁੰਚ ਗਏ? ਹਾਂਜੀ ਹਾਂਜੀ। ਤੇ ਕਿਵੇਂ ਲੱਗਿਆ, ਕੀ ਹੋਇਆ, ਕਿਵੇਂ ਸੀ ਇਹ? ਇਹ ਮੈਂ ਡੰਡੇ ਜੀ ਤਿਆਰ ਰਿਹਾ ਤਾਂ ਮੈਂ ਮੰਗਰਾਹੀ ਤੇ ਜਾ ਰਿਹਾ ਸੀ। ਅਸੀਂ ਤੁਸੀਂ ਬੱਚੇ ਛੱਡਣ ਜਾ ਰਹੇ ਸੀ? ਹਾਂਜੀ ਬੱਚੇ ਛੱਡਣ ਜਾ ਰਹੇ ਸੀ। ਤੇ ਕਾਰ ਵਾਲਾ ਇੱਕਦਮ ਅੱਗੇ ਆ ਗਿਆ? ਹਾਂਜੀ ਹਾਂਜੀ, ਇਹਨੂੰ ਬਹੁਤ ਹੌਰਨ ਮਾਰਿਆ, ਇਹਨੇ ਧਿਆਨ ਨਹੀਂ ਦਿੱਤਾ ਹੈਗਾ ਜੀ। ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ? ਜਿਵੇਂ ਕਿ ਸਾਡਾ ਸਾਹਮਣੇ ਗੱਡੀ ਦਾ, ਠੀਕ, ਬੱਚਾ ਬਚਾਓ ਗਿਆ ਜੀ। ਠੀਕ।